ਅਗਲੀ ਖਬਰ ਐਸਪਰੀਨ ਦੇ ਨਾਲ ਸੰਬੰਧਿਤ ਹੈ ਅੱਜ ਇੱਕ ਨਵੀਂ ਨਿਊਜ਼ ਆਈ ਆ ਕਿ ਜਿਹੜੇ ਲੋਕ 60 ਸਾਲ ਤੋਂ ਉੱਤੇ ਆ ਤੇ ਐਸਪਰੀਨ ਲੈਂਦੇ ਆ ਉਹਨਾਂ ਨੂੰ ਕਈ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਆ ਜੇ 60 ਸਾਲ ਤੋਂ ਥੱਲੇ ਆ ਫੇਰ ਵੀ ਤੁਹਾਨੂੰ ਜਿਹੜੀ ਐਸਪਰੀਨ ਲੈਣੀ ਚਾਹੀਦੀ ਆ ਹਾਲਾਂਕਿ ਹੁਣ ਤੱਕ ਇਹੀ ਸੋਚਿਆ ਜਾਂਦਾ ਸੀ ਕਿ ਜੇ ਤੁਸੀਂ ਡੇਲੀ ਐਸਪਰੀਨ ਲਵੋਗੇ ਤੇ ਇਹਦੇ ਨਾਲ ਤੁਹਾਡਾ ਜਿਹੜੀ ਆ ਕਿਸੇ ਤਰ੍ਹਾਂ ਦੀ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਜਿਹਨੂੰ ਕਾਰਡੀਓ ਵੈਸਕੂਲਰ ਡਿਸੀਜ਼ ਵੀ ਕਹਿੰਦੇ ਹੈਗੇ ਆ ਉਸ ਤੋਂ ਬਚ ਸਕਦੇ ਹੈਗੇ ਆ ਇਹ ਨਵੀਆਂ ਗਾਈਡਲਾਈਨਸ ਯੂ ਐਸ ਪ੍ਰੀਵੈਂਟਿਵ ਸਰਵਿਸ ਟਾਸਕ ਫੋਰਸ ਉਹਨਾਂ ਨੇ ਅੱਜ ਜਾਰੀ ਕੀਤੀਆਂ ਹੈਗੀਆਂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਕਿ 60 ਸਾਲ ਤੋਂ ਥੱਲੇ ਤੱਕ ਤਾਂ ਠੀਕ ਆ ਜਦੋਂ ਤੁਸੀਂ ਉੱਪਰ ਹੋ ਗਏ ਤੇ ਉਹਦੇ ਨਾਲ ਤੁਹਾਡੀ ਕਿਡਨੀ ਦੀਆਂ ਪ੍ਰੋਬਲਮ ਹੋਰ ਕਈ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਇਸ ਐਸਪਰੀਨ ਵਾਲੀ ਗੋਲੀ ਦੇ ਲੈਣ ਦੇ ਨਾਲ ਹੋ ਸਕਦੀਆਂ ਹੈਗੀਆਂ ਆ ਤੇ ਬਾਕੀ ਕਹਿੰਦੇ ਪਈ ਤੁਸੀਂ ਇਹ ਜਿਹੜੀ ਐਸਪਰੀਨ ਲੈਣੀ ਆ ਜਾਂ ਨਹੀਂ ਲੈਣੀ ਕਿਉਂਕਿ ਬਹੁਤ ਲੋਕ ਲੈਂਦੇ ਆ ਕਿਉਂਕਿ ਇਹ ਤੁਹਾਨੂੰ ਪ੍ਰਸਕ੍ਰਾਈਬ ਨਹੀਂ ਕਰਨੀ ਪੈਂਦੀ ਹਨਾ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀ ਆ ਪਰ ਆਪਣੇ ਡਾਕਟਰ ਦੇ ਨਾਲ ਜਰੂਰ ਮੇਕ ਸ਼ੁਰ ਕਰੋ ਇਸ ਰਿਪੋਰਟ ਆਣ ਤੋਂ ਬਾਅਦ ਪਈ ਮੈਨੂੰ ਇਹ ਲੈਣੀ ਚਾਹੀਦੀ ਆ ਜਾਂ ਨਹੀਂ ਲੈਣੀ ਚਾਹੀਦੀ ਹੂੰ ਜੀ ਜੀ ਬਿਲਕੁਲ ਸੋ ਤੇ ਅੰਜੜਾ ਆਹੋ ਦਿਆ ਕਰੋ ਕਈ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ ਜਾਂਦੀਆਂ ਸੋ ਡਾਕਟਰਾਂ ਦੀ ਸਲਾਹ ਇਹ ਵੀ ਪਰ ਹਰਜੋਤ ਸਿੰਘ ਜੀ ਕੇ ਜੀ ਦੇਖਿਆ ਗਿਆ ਨਾ ਵੀ ਡਾਕਟਰਾਂ ਦੀ ਸਲਾਹ ਕੁਝ ਸਾਲਾਂ ਬਾਅਦ ਬਦਲ ਜਾਂਦੀ ਪਰ ਇਹ ਆ ਵੀ ਉਹਦੇ ਪਿੱਛੇ ਫਿਰ ਕਈ ਸਟੱਡੀਆਂ ਜਿਹੜੀਆਂ ਆ ਉਹ ਰਹਿੰਦੀਆਂ ਆ ਜਿਹਦੇ ਕਰਕੇ ਇਦਾਂ ਕਰ ਦਿੱਤਾ ਜਾਂਦਾ ਆ ਸੋ ਅਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਅਗਲੀ ਖਬਰ ਐਸਪਰੀਨ ਦੇ ਨਾਲ ਸੰਬੰਧਿਤ ਆ ਅੱਜ ਇੱਕ ਨਵੀਂ ਨਿਊਜ਼ ਆਈ ਆ ਕਿ ਜਿਹੜੇ ਲੋਕ 60 ਸਾਲ ਤੋਂ ਉੱਤੇ ਆ ਤੇ ਐਸਪਰੀਨ ਲੈਂਦੇ ਆ ਉਹਨਾਂ ਨੂੰ ਕਈ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਆ ਜੇ 60 ਸਾਲ ਤੋਂ ਥੱਲੇ ਆ ਫੇਰ ਵੀ ਤੁਹਾਨੂੰ ਜਿਹੜੀ ਐਸਪਰੀਨ ਲੈਣੀ ਚਾਹੀਦੀ ਆ ਹਾਲਾਂਕਿ ਹੁਣ ਤੱਕ ਇਹੀ ਸੋਚਿਆ ਜਾਂਦਾ ਸੀ ਕਿ ਜੇ ਤੁਸੀਂ ਡੇਲੀ ਐਸਪਰੀਨ ਲਵੋਗੇ ਤੇ ਇਹਦੇ ਨਾਲ ਤੁਹਾਡਾ ਜਿਹੜੀ ਆ ਕਿਸੇ ਤਰ੍ਹਾਂ ਦੀ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਜਿਹਨੂੰ ਕਾਰਡੀਓ ਵੈਸਕੂਲਰ ਡਿਸੀਜ਼ ਵੀ ਕਹਿੰਦੇ ਹੈਗੇ ਆ ਉਸ ਤੋਂ ਬਚ ਸਕਦੇ ਹੈਗੇ ਆ ਇਹ ਨਵੀਆਂ ਗਾਈਡਲਾਈਨਸ ਯੂ ਐਸ ਪ੍ਰੀਵੈਂਟਿਵ ਸਰਵਿਸ ਟਾਸਕ ਫੋਰਸ ਉਹਨਾਂ ਨੇ ਅੱਜ ਜਾਰੀ ਕੀਤੀਆਂ ਹੈਗੀਆਂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਕਿ 60 ਸਾਲ ਤੋਂ ਥੱਲੇ ਤੱਕ ਤਾਂ ਠੀਕ ਆ ਜਦੋਂ ਤੁਸੀਂ ਉੱਪਰ ਹੋ ਗਏ ਤੇ ਉਹਦੇ ਨਾਲ ਤੁਹਾਡੀ ਕਿਡਨੀ ਦੀਆਂ ਪ੍ਰੋਬਲਮ ਹੋਰ ਕਈ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਇਸ ਐਸਪਰੀਨ ਵਾਲੀ ਗੋਲੀ ਦੇ ਲੈਣ ਦੇ ਨਾਲ ਹੋ ਸਕਦੀਆਂ ਹੈਗੀਆਂ ਆ ਤੇ ਬਾਕੀ ਕਹਿੰਦੇ ਪਈ ਤੁਸੀਂ ਇਹ ਜਿਹੜੀ ਐਸਪਰੀਨ ਲੈਣੀ ਆ ਜਾਂ ਨਹੀਂ ਲੈਣੀ ਕਿਉਂਕਿ ਬਹੁਤ ਲੋਕ ਲੈਂਦੇ ਆ ਕਿਉਂਕਿ ਇਹ ਤੁਹਾਨੂੰ ਪ੍ਰਸਕ੍ਰਾਈਬ ਨਹੀਂ ਕਰਨੀ ਪੈਂਦੀ ਹਨਾ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀ ਆ ਪਰ ਆਪਣੇ ਡਾਕਟਰ ਦੇ ਨਾਲ ਜਰੂਰ ਮੇਕ ਸ਼ੁਰ ਕਰੋ ਇਸ ਰਿਪੋਰਟ ਆਣ ਤੋਂ ਬਾਅਦ ਪਈ ਮੈਨੂੰ ਇਹ ਲੈਣੀ ਚਾਹੀਦੀ ਆ ਜਾਂ ਨਹੀਂ ਲੈਣੀ ਚਾਹੀਦੀ ਹੂੰ ਜੀ ਜੀ ਬਿਲਕੁਲ ਸੋ ਤੇ ਅੰਜੜਾ ਆਹੋ ਦਿਆ ਕਰੋ ਕਈ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ ਜਾਂਦੀਆਂ ਸੋ ਡਾਕਟਰਾਂ ਦੀ ਸਲਾਹ ਇਹ ਵੀ ਪਰ ਹਰਜੋਤ ਸਿੰਘ ਜੀ ਕੇ ਜੀ ਦੇਖਿਆ ਗਿਆ ਨਾ ਵੀ ਡਾਕਟਰਾਂ ਦੀ ਸਲਾਹ ਕੁਝ ਸਾਲਾਂ ਬਾਅਦ ਬਦਲ ਜਾਂਦੀ ਪਰ ਇਹ ਆ ਵੀ ਉਹਦੇ ਪਿੱਛੇ ਫਿਰ ਕਈ ਸਟੱਡੀਆਂ ਜਿਹੜੀਆਂ ਆ ਉਹ ਰਹਿੰਦੀਆਂ ਆ ਜਿਹਦੇ ਕਰਕੇ ਇਦਾਂ ਕਰ ਦਿੱਤਾ ਜਾਂਦਾ ਆ ਸੋ ਅ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਅਗਲੀ ਖਬਰ ਐਸਪਰੀਨ ਦੇ ਨਾਲ ਸੰਬੰਧਤ ਆ ਅੱਜ ਇੱਕ ਨਵੀਂ ਨਿਊਜ਼ ਆਈ ਆ ਕਿ ਜੇਲੇ ਲੋਕ 60 ਸਾਲ ਤੋਂ ਉੱਤੇ ਆ ਤੇ ਐਸਪਰੀਨ ਲੈਂਦੇ ਆ ਉਹਨਾਂ ਨੂੰ ਕਈ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਆ ਜੇ 60 ਸਾਲ ਤੋਂ ਥੱਲੇ ਆ ਫੇਰ ਵੀ ਤੁਹਾਨੂੰ ਜਿਹੜੀ ਐਸਪਰੀਨ ਲੈਣੀ ਚਾਹੀਦੀ ਆ ਹਾਲਾਂਕਿ ਹੁਣ ਤੱਕ ਇਹੀ ਸੋਚਿਆ ਜਾਂਦਾ ਸੀ ਕਿ ਜੇ ਤੁਸੀਂ ਡੇਲੀ ਐਸਪਰੀਨ ਲਵੋਗੇ ਤੇ ਇਹਦੇ ਨਾਲ ਤੁਹਾਡਾ ਜਿਹੜੀ ਆ ਕਿਸੇ ਤਰ੍ਹਾਂ ਦੀ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਜਿਹਨੂੰ ਕਾਰਡੀਓ ਵੈਸਕੂਲਰ ਡਿਸੀਜ਼ ਵੀ ਕਹਿੰਦੇ ਹੈਗੇ ਆ ਉਸ ਤੋਂ ਬਚ ਸਕਦੇ ਹੈਗੇ ਆ ਇਹ ਨਵੀਆਂ ਗਾਈਡਲਾਈਨਸ ਯੂ ਐਸ ਪ੍ਰੀਵੈਂਟਿਵ ਸਰਵਿਸ ਟਾਸਕ ਫੋਰਸ ਉਹਨਾਂ ਨੇ ਅੱਜ ਜਾਰੀ ਕੀਤੀਆਂ ਹੈਗੀਆਂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਕਿ 60 ਸਾਲ ਤੋਂ ਥੱਲੇ ਤੱਕ ਤਾਂ ਠੀਕ ਆ ਜਦੋਂ ਤੁਸੀਂ ਉੱਪਰ ਹੋ ਗਏ ਤੇ ਉਹਦੇ ਨਾਲ ਤੁਹਾਡੀ ਕਿਡਨੀ ਦੀਆਂ ਪ੍ਰੋਬਲਮ ਹੋਰ ਕਈ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਇਸ ਐਸਪਰੀਨ ਵਾਲੀ ਗੋਲੀ ਦੇ ਲੈਣ ਦੇ ਨਾਲ ਹੋ ਸਕਦੀਆਂ ਹੈਗੀਆਂ ਆ ਤੇ ਬਾਕੀ ਕਹਿੰਦੇ ਪਈ ਤੁਸੀਂ ਇਹ ਜਿਹੜੀ ਐਸਪਰੀਨ ਲੈਣੀ ਆ ਜਾਂ ਨਹੀਂ ਲੈਣੀ ਕਿਉਂਕਿ ਬਹੁਤ ਲੋਕ ਲੈਂਦੇ ਆ ਕਿਉਂਕਿ ਇਹ ਤੁਹਾਨੂੰ ਪ੍ਰਸਕ੍ਰਾਈਬ ਨਹੀਂ ਕਰਨੀ ਪੈਂਦੀ ਹਨ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀ ਆ ਪਰ ਆਪਣੇ ਡਾਕਟਰ ਦੇ ਨਾਲ ਜਰੂਰ ਮੇਕ ਸ਼ੋਰ ਕਰੋ ਇਸ ਰਿਪੋਰਟ ਆਉਣ ਤੋਂ ਬਾਅਦ ਪਈ ਮੈਨੂੰ ਇਹ ਲੈਣੀ ਚਾਹੀਦੀ ਆ ਜਾਂ ਨਹੀਂ ਲੈਣੀ ਚਾਹੀਦੀ ਹੂੰ ਜੀ ਜੀ ਬਿਲਕੁਲ ਸੋ ਤੇ ਅੰਝੜਾ ਆਹੋ ਦਿਆ ਕਰੋ ਕਈ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ ਜਾਂਦੀਆਂ ਸੋ ਡਾਕਟਰਾਂ ਦੀ ਸਲਾਹ ਇਹ ਵੀ ਪਰ ਹਰਜੋਤ ਸਿੰਘ ਜੀ ਕਈ ਜੀ ਦੇਖਿਆ ਗਿਆ ਨਾ ਵੀ ਡਾਕਟਰਾਂ ਦੀ ਸਲਾਹ ਕੁਝ ਸਾਲਾਂ ਬਾਅਦ ਬਦਲ ਜਾਂਦੀ ਪਰ ਇਹ ਆ ਵੀ ਉਹਦੇ ਪਿੱਛੇ ਫਿਰ ਕਈ ਸਟੱਡੀਜ਼ ਜਿਹੜੀਆਂ ਹੋ ਰਹਿੰਦੀਆਂ ਆ ਜਿਹਦੇ ਕਰਕੇ ਇਦਾਂ ਕਰ ਦਿੱਤਾ ਜਾਂਦਾ ਆ ਸੋ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ